ਪੰਜਾਬੀ ਐਟ ਗੇਮਿੰਗ ਚੈਨਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਜ਼ੈਬਰੋਨਿਕ ਦਾ ਮੰਗਾਇਆ ਆ ਮਾਈਕ। ਮੈਂ ਤੁਹਾਨੂੰ ਜ਼ੈਬਰੋਨਿਕ ਬੋਲਦਾ, ਵੈਸੇ ਤਾਂ ਨਾ ਹੈਗਾ ਜ਼ੈਪ ਕਲੈਰਿਟੀ, ਠੀਕ ਹੈ, ਗੇਮਿੰਗ ਪ੍ਰੀਮੀਅਮ ਮਾਈਕਰੋਫੋਨ, ਪਤਾ ਨਹੀਂ ਕੀ ਕੁਛ ਹੈ। ਬੇਸਿਕਲੀ ਮੇਰੇ ਕੀ ਪ੍ਰੋਬਲਮ ਆ ਰਹੀ ਸੀਗੀ, ਮੈਂ ਪਹਿਲੇ ਸੋਚਿਆ ਸੀਗਾ ਕਿ ਬੋਇਆ ਦਾ ਮੰਗਾਊਂਗਾ, ਬਟ ਮੇਰੇ ਥੋੜ੍ਹੀ ਪ੍ਰੋਬਲਮ ਆ ਰਹੀ ਹੈ ਸਲੋਟ 'ਚ, ਅਤੇ ਮੈਂ ਫਿਰ USB ਦਾ ਮੈਨੂੰ ਮੰਗਾਉਣਾ ਪਿਆ। ਚਲੋ ਮੈਂ ਕਿਹਾ ਚਲੋ ਇਹਦੇ ਜ਼ਿਆਦਾ ਹੈ ਨਹੀਂ ਹੈ ਇੰਟਰਨੈਟ 'ਤੇ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਹੈ, ਤਾਂ ਤੁਹਾਨੂੰ ਹੁਣ ਸਹੀ ਰਿਵਿਊ ਦਿੰਦੇ ਹਾਂ ਅਨਬੋਕਸਿੰਗ ਦੇ ਇਹਦਾ। ਅਤੇ USB ਇੰਟਰਫੇਸ ਹੈ, ਇਹ ਆਕਸ ਨਾਲ ਨਹੀਂ ਚੱਲ ਸਕਦਾ ਕੰਪਿਊਟਰ, ਆਪਣੇ ਫੋਨ ਨਾਲ ਤੁਸੀਂ ਚਲਾ ਸਕਦੇ ਹੋ, ਬਟ ਫੋਨ ਨਾਲ ਚਲਾਉਣ ਨੂੰ ਫਿਰ ਤੁਹਾਨੂੰ OTG ਯੂਜ਼ ਕਰਨੀ ਪਏਗੀ, ਠੀਕ ਹੈ। ਹੁਣ ਇਹਦੇ ਜੇ ਮੇਨ ਫੀਚਰ ਪੜ੍ਹੀਏ, ਫਲੈਕਸੀਬਲ ਨੈਕ, ਮਿਊਟ ਬਟਨ, ਫਲੈਕਸੀਬਲ ਨੈਕ ਮਿਊਟ ਬਟਨ ਹੋ ਗਿਆ, ਠੀਕ ਹੈ, ਔਨ ਆਫ ਕਰਨ ਲਈ। ਨੋਇਸ ਫਿਲਟਰ, ਇੱਥੇ ਮੈਂ ਕਰੈਕਸ਼ਨ ਕਰਨਾ ਚਾਹੂੰਗਾ, ਇਹਨਾਂ ਨੇ ਉਹਦੇ 'ਤੇ ਲਿਖਿਆ ਹੋਇਆ ਨੋਇਸ ਕੈਂਸਲੇਸ਼ਨ, ਬਟ ਇਹ ਨੋਇਸ ਫਿਲਟਰ ਹੈ। ਨੋਇਸ ਕੈਂਸਲੇਸ਼ਨ ਜਿਹੜਾ ਹੁੰਦਾ ਤੁਹਾਡੀ ਪਿਛਲੀ ਡਿਸਟਰਬੈਂਸ ਨੂੰ ਕੱਟ ਗਾਇਬ ਕਰ ਦਿੰਦਾ ਹੈ, ਬਟ ਨੋਇਸ ਫਿਲਟਰ ਹੁੰਦਾ ਕਿ ਤੁਹਾਡੀ ਫਿਲਟਰ ਕਰ ਦੇਗਾ ਨੋਇਸ, ਛੋਟਾ ਮੋਟਾ ਡਿਸਟਰਬੈਂਸ ਹਟਾ ਦੇਗਾ। ਉਸ ਤੋਂ ਬਾਅਦ LED ਇੰਡੀਕੇਟਰ, ਜਿੱਦਾਂ ਅਸੀਂ ਇੱਥੇ ਦੇਖ ਸਕਦੇ ਹਾਂ, ਬਲੂ ਜਿਹਾ ਚੱਲਦਾ ਪਿਆ, ਥੋੜ੍ਹਾ ROG ਫੀਲ ਆ ਜਾਏਗਾ ਤੁਹਾਨੂੰ। ਅਤੇ ਸਿੰਪਲ ਪਲੱਗ ਐਂਡ ਪਲੇ ਆ, ਕੋਈ ਡਰਾਈਵਰ ਨਹੀਂ, ਕੋਈ ਕੁਛ ਨਹੀਂ, ਬਾਕੀ ਕੁਛ ਹੈ ਨਹੀਂ ਗਾ ਇਹਦੇ ਖਾਸ ਸਪੈਸੀਫਿਕੇਸ਼ਨਸ, ਆਹੀ ਆ ਸਿੰਪਲ, ਇਹਦੇ ਐਡਜਸਟੇਬਲ ਨੈਕ, 360° ਮਾਈਕ, USB ਇੰਟਰਫੇਸ। ਹਾਂ, ਟਾਈਪ ਕੰਡੈਂਸਰ, ਮਤਲਬ ਤੁਹਾਡੀ ਆਵਾਜ਼ ਨੂੰ ਉਹੀ ਫਿਲਟਰ ਕਰਦਾ, ਆਵਾਜ਼ ਨੂੰ ਕਾਫੀ ਵਧੀਆ ਕੁਆਲਿਟੀ 'ਚ ਲਿਆਉਂਦਾ ਆ। ਇਹ ਬੇਸਿਕਲੀ ਜਿਹੜੀ ਮੈਂ ਰਿਕਾਰਡ ਹੁਣ ਕਰ ਰਿਹਾ ਵਾ, ਜੇ ਸਿੰਪਲ ਅਤੇ ਸਿੰਪਲ iPhone ਤੋਂ ਰਿਕਾਰਡ ਹੋ ਰਹੀ ਆ, ਕੋਈ ਮਾਈਕ ਨਹੀਂ ਯੂਜ਼ ਕੀਤਾ ਹੋਇਆ, ਕੋਈ ਇੰਨੇ ਆਪਾਂ ਹੈ ਵੀ ਨਹੀਂ। ਪੂਨਾਮਲੀ ਹਾਈ ਰੋਡ 'ਚ ਨਹੀਂ, ਪੂਨਾਮਲੀ ਮੈਂ ਪੜ੍ਹਿਆ ਹੋਇਆ, ਬਸ ਇਹਦੇ 'ਚ ਕੁਛ ਹੈ ਨਹੀਂ। ਹਾਂ, MRP ਇੱਥੇ 1900 ਲਿਖੀ ਹੈ, ਮੈਨੂੰ 940 ਦਾ ਪਿਆ ਆ, ਅਤੇ ਇੱਦਾਂ ਦਾ ਕੁਛ ਹੈ ਨਹੀਂ ਡੱਬੇ 'ਤੇ ਹੁਣ ਆਪਾਂ ਦੇਖਿਆ ਜਾਵੇ ਤਾਂ। ਚਲੋ ਮੈਨੂੰ ਖੋਲ੍ਹਦਾ ਆ, ਡੱਬਾ ਖਾਲੀ। ਜ਼ੈਬਰੋਨਿਕ ਦੀ ਸਭ ਤੋਂ ਵਧੀਆ ਗੱਲ ਹੀ ਇਹ ਲੱਗਦੀ ਹੈ, ਨਾ ਮੈਨੂਅਲ ਹੈ ਨਾ ਕੁਛ ਹੈ, ਕੋਈ ਅੰਦਰ ਬਹੁਤੇ ਗੱਤੇ ਗੁੱਤੇ ਨਹੀਂ, ਡੱਬੇ ਦੀ ਕੁਆਲਿਟੀ ਅੱਛੀ ਆ। ਮੈਂ ਕਈਆਂ ਨੂੰ ਦੇਖਿਆ, ਕਈ ਕਹਿੰਦੇ ਮਾੜੀ ਕੁਆਲਿਟੀ ਦਾ, ਕੁਛ ਨਹੀਂ ਹੈਗਾ, ਠੀਕ ਆ, ਵਧੀਆ ਆ, ਪਰ ਗੱਤੇ ਨਾਲ ਆਪਾਂ ਕੀ ਲੈਣਾ, ਠੀਕ ਆ। ਬਟ ਇਹ ਚੀਜ਼ ਆ ਕਿ ਵੇਸਟ ਨਹੀਂ ਕਰਦੇ ਕਿਸੇ ਵੀ ਤਰੀਕੇ ਦੇ ਪੇਪਰ ਨੂੰ, ਅਤੇ ਸਾਡੇ ਲਈ ਵਧੀਆ। ਸੋ ਮੈਂ ਕਹੂੰਗਾ ਹਰ ਕੰਪਨੀ ਨੂੰ ਇਹ ਚੀਜ਼ ਕਰਨੀ ਚਾਹੀਦੀ, ਮੈਨੂੰ ਕੋਈ ਪੜ੍ਹਦਾ ਤਾਂ ਹੈ ਨਹੀਂ, ਮੈਂ ਹੱਥ ਤੱਕ ਪੜ੍ਹਦਾ ਕਿਸੇ ਨੂੰ ਦੇਖਿਆ ਨਹੀਂ। ਸੋ ਇਹ ਚੀਜ਼ ਕਰਦਾ ਬਹੁਤ ਹੀ ਗੱਲ ਹੈ, ਜਿਹਨੇ ਮੈਨੂਅਲ ਪੜ੍ਹਨਾ ਬਈ ਉਹਨੂੰ ਕਹੋ ਵੀ ਇਹਦੇ 'ਚ ਕੋਈ ਫੀਚਰ ਫੂਚਰ ਪਾ ਲਿਆ ਕਰੋ, ਵੀ ਆਪੇ ਅਟੈਚ ਕਰੋ ਅਤੇ ਹੋ ਜਾਵੇ। ਵੈਸੇ ਇਹ 'ਚ ਮੈਨੂਅਲ ਹੋਣਾ ਨਹੀਂ ਚਾਹੀਦਾ, ਜੋ ਹੈਗਾ ਇੱਥੇ ਲਿਖ ਦਿਆ ਕਰੋ, ਬਟ ਗੁੱਡ ਥਿੰਗ ਆ। ਡੱਬੇ ਨੂੰ ਰੱਖਦੇ ਹਾਂ ਸਾਈਡ 'ਤੇ। ਮਾਈਕ ਇਟਸੈਲਫ ਦੇਖਣ 'ਚ ਕਾਫੀ ਵਧੀਆ ਲੱਗ ਰਿਹਾ ਆ, ਕੱਢਦਾ ਆ ਮੈਂ ਹੁਣ। ਜੇ ਆਪਾਂ ਇਕੱਲੇ ਮਾਈਕ ਦੀ ਗੱਲ ਕਰੀਏ, ਸੋਹਣਾ ਦਿਖ ਰਿਹਾ ਮਾਈਕ ਦਾ, ਇਹਦਾ ਬਟਨ ਹੋ ਗਿਆ ਔਨ ਆਫ ਦਾ, ਉੱਤੇ ਜ਼ੈਬਰੋਨਿਕ ਦੀ ਲੇਬਲਿੰਗ ਹੈ, ਇਹਦਾ ਕਹਿ ਲਓ ਕਿ ਧੌਣ ਹੈ, ਆਹ ਇਹਦਾ ਮਾਈਕ ਹੈ ਇਨਪੁੱਟ ਲਈ, ਇੱਥੋਂ ਦੀ ਆਵਾਜ਼ ਰਿਕਾਰਡ ਕਰਾਂਗੇ। ਅਤੇ ਅੱਛਾ, ਇਹਦੀ ਅਗਰ ਮੈਂ ਸ਼ੇਪ ਦੇਖੀਏ, ਇੱਥੋਂ ਦੀ ਕਾਫੀ ਹੱਦ ਤੱਕ ਇੱਕ ਡਾਇਨਾਸੌਰ ਜਿਹਾ ਲੱਗ ਰਿਹਾ, ਜਿੱਦਾਂ ਕੋਈ ਕਾਰਟੂਨ ਕੂਟੂਨ ਜਿਹਾ ਹੁੰਦਾ, ਬਟ ਅਗਰ ਮੈਂ ਆਲ ਓਵਰ ਸ਼ੇਪ ਨੂੰ ਦੇਖਾਂ ਤਾਂ ਕੀ ਕਹਿੰਦੇ ਉਹਨੂੰ, ਬਿੱਛੂ ਜਿਹਾ ਲੱਗ ਰਿਹਾ ਇੰਗਲਿਸ਼ 'ਚ, ਭੁੱਲ ਗਿਆ ਮੈਨੂੰ ਸਾਹ ਕਿਆ ਕਹਿੰਦੇ, ਬਿੱਛੂ ਕਹਿ ਲਓ ਪੰਜਾਬੀ 'ਚ ਹੀ ਬੋਲਦੇ ਪਏ, ਬਿੱਛੂ ਜਿਹਾ ਲੱਗ ਰਿਹਾ। ਆਹ ਕੋਈ ਬਟਨ ਨਹੀਂ ਆ, ਬਸ ਸ਼ੋਅ ਪੀਸ ਹੈ। ਪਲਾਸਟਿਕ ਦੀ ਕੁਆਲਿਟੀ 1000 ਦੇ ਹਿਸਾਬ ਨਾਲ ਕਿਤੇ ਜ਼ਿਆਦਾ ਵਧੀਆ ਆ। ਮਾਈਕ ਦੀ ਕੁਆਲਿਟੀ ਆਲ ਓਵਰ ਤਾਂ ਮੈਨੂੰ ਬਹੁਤ ਵਧੀਆ ਲੱਗੀ, ਕੋਈ ਮਾੜੀ ਨਹੀਂ ਹੈਗੀ। ਇੱਥੇ ਜ਼ੈਬਰੋਨਿਕ ਦਾ ਸਿੰਬਲ ਆ, ਇੱਥੇ ਸ਼ਾਇਦ ਲਾਈਟਾਂ ਜੱਗਣ ਗਈਆਂ ਡੱਬੇ 'ਚ ਦੇਖੀਏ ਤਾਂ। ਹਾਂ, ਇੱਥੇ ਲਾਈਟ ਚੱਲੇਗੀ, ਇੱਥੇ ਵੀ ਲਾਈਟ ਚੱਲੇਗੀ, ਥੱਲੇ ਆਲ ਹੈਡ ਜ਼ੈਬਰੋਨਿਕ DC5, ਕੁਛ ਨਹੀਂ, ਕਿਸੇ ਵੀ ਚੀਜ਼ ਨਾਲ ਤੁਹਾਡੇ ਅਟੈਚ ਹੋ ਜਾਣਾ। ਤਾਰ ਦੀ ਕੁਆਲਿਟੀ ਬਹੁਤ ਵਧੀਆ, ਕਿਹੜਾ ਤੁਸੀਂ ਲੈ ਕੇ ਦੌੜਨਾ ਪੈਣਾ, ਦੌੜਦੇ ਭੱਜਦੇ ਵੀ ਉਹ ਤਾਂ ਟੁੱਟਣੀ ਨਹੀਂ ਹੈ, ਬਟ ਨਹੀਂ, ਤਾਰ ਦੀ ਕੁਆਲਿਟੀ ਬਹੁਤ ਅੱਛੀ ਹੈ ਮੇਰੇ ਹਿਸਾਬ ਨਾਲ, ਮੈਨੂੰ ਵਧੀਆ ਲੱਗੀ ਇਹਦੀ ਕੁਆਲਿਟੀ। ਹੁਣ ਜੇ ਆਪਾਂ ਗੱਲ ਕਰੀਏ, ਇਹਨੂੰ ਅਟੈਚ ਕਰਕੇ ਦੇਖਦਾ ਮੈਂ ਸਿੰਪਲ USB ਦੇ ਨਾਲ। ਚਲੋ ਵੀ ਆਹ ਹੋ ਗਿਆ ਅਟੈਚ, ਸਿੰਪਲ ਪਲੱਗ ਐਂਡ ਪਲੇ ਔਨ, ਮਤਲਬ ਵੀਡੀਓ 'ਚ ਕੋਈ ਕੱਟ ਨਹੀਂ ਹੈਗਾ, ਤੁਸੀਂ ਦੇਖ ਸਕਦੇ ਹੋ, ਕਾਫੀ ਵਧੀਆ ਲੱਗ ਰਿਹਾ। ਜਿਹਨੂੰ RGB ਦਾ ਸ਼ੌਂਕ ਆ ਉਹਦੇ ਲਈ ਤਾਂ ਬਹੁਤ ਵਧੀਆ, ਮੈਨੂੰ RGB ਕੋਈ ਖਾਸ ਪਸੰਦ ਨਹੀਂ, ਇਸ ਕਰਕੇ ਫਰਕ ਨਹੀਂ ਪੈਂਦਾ, ਬਟ ਆਈ ਥਿੰਕ ਕਾਫੀ ਵਧੀਆ ਆ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ। ਗਰਦਨ ਤੁਸੀਂ ਜਿੱਦਾਂ ਮਰਜ਼ੀ ਮੂਵ ਕਰ ਲਓ, ਤੁਸੀਂ ਇੱਥੇ ਰੱਖਣਾ ਚਾਹੁੰਦੇ ਹੋ ਇੱਧਰ ਨੂੰ ਕਰ ਲਓ, ਲਓ ਵੀ ਪੂਰੇ ਡਾਇਨਾਸੌਰ ਦੀ ਧੌਣ ਡਿੰਗੀ ਹੋ ਗਈ, ਸਿੱਧਾ ਕਰ ਲਓ, ਕਿੱਦਾਂ ਮਰਜ਼ੀ ਕਰ ਲਓ, ਠੀਕ ਲੱਗ ਰਿਹਾ। ਹੁਣ ਜਿਹੜਾ ਮੈਂ ਇਹਦਾ ਟੈਸਟ ਹੈਗਾ ਆ, ਚਲੋ ਗੂਗਲ ਖੋਲ੍ਹਦੇ ਹਾਂ, ਗੂਗਲ 'ਚ ਇਹਦਾ ਲਿਖਦੇ ਹਾਂ ਮਾਈਕ
मैं एक्चुअली दो चार माइक मंगा चुका बट मेरे हिसाब से मुझे माइक हले तक वधिया लगा। मैं थोड़े तो सामने रिकॉर्डिंग करूँगा यदि सारी आप चेक माइक्रोफोन वैबसाइट हैगी वैब आवाज़ हम जिदा तुम देख सकते हो दूरों भी फटदा पिया। सो मैं हूँ एक बार रिकॉर्ड करके थानू तो अगे दसूँगा कि बनता। मैं हूँ यदि रिकॉर्डिंग की लैट सी कि मेरे हिसाब से मैं हूँ सुन के देखी मैंने क्वालिटी की बहुत ही वधिया लगी यार। 1000 रुपये चलते टाइम से अं की पालते हैं करोना तो बाद काफ़ी कंपनियों के छोले बिक चुके हैं मेरे हिसाब न काफ़ी वधिया आ डीसेंट भी नहीं कहूँगा अबव डीसेंट कहूँगा। हूँ जो माइक लैना तो 8-9 हज़ार के ब्लू वाले कंपेयर करोगे तो ऑब्वियसली यार उत्थे ते किथे स्टैंड नहीं करता बट जो मैं 940 रुपये का माइक लाव फार बैटर है मेरे लिए USB। हूँ मैं तुम्हें एक बार आवाज़ की झलक सुना दिना जो मैं रिकॉर्ड कर रहा ये मैं रिकॉर्ड कर रहा इस टाइम तो क्वालिटी हमें पता लग जाए कि 7-10 सैकेंड तक मैं बोलिया हूँ मैं चुप रहूँगा ताकि नॉइस का पता लगे किन्नी है किन्नी नहीं है पिछे की नॉइस। मेरे कमरे सिंपल AC चल रहा है ज़्यादा नॉइस है नहीं बट मैं थोड़ा हाथों की मूवमेंट ना लेजी नॉइस करने की कोशिश करूँगा। सो ये नॉइस ही रही होगी तो हूँ मैं बिल्कुल कोल सी इस टाइम तो मैं इनू हूँ अपने तो घट्टो घट 2 फुट दूर रख के ये रिकॉर्डिंग इन्नी कर रहा है ਉਹਨੇ ਮੇਰੇ ਤੋਂ 2 ਫੁੱਟ ਘੱਟੋ ਘੱਟ 2-2.5 ਫੁੱਟ ਦੂਰ ਹੈਗਾ ਆ ਤਾਂ ਵੀ ਮੈਂ ਬੋਲਦਾ ਪਿਆ ਅਤੇ ਆਈ ਗੈਸ ਕਾਫੀ ਅੱਛੀ ਤਾਂ। ਸੋ ਇਹ ਸੀਗੀ ਰਿਕਾਰਡਿੰਗ ਜੋ ਮੈਂ ਆਪਣੇ ਮੇਰੇ ਜੇ ਪ੍ਰੋਸਪੈਕਟਿਵ ਨਾਲ ਦੇਖੀ ਜਾਵੇ ਯਾਰ ਬਹੁਤ ਵਧੀਆ ਆ। ਮੈਂ ਤਾਂ ਗੇਮਿੰਗ ਖੇਡਣ ਲਈ ਸੀ ਮੈਨੂੰ ਬੇਸਿਕਲੀ ਡਿਸਕਾਊਂਟ ਚਲਾਉਣ ਲਈ ਚਾਹੀਦਾ ਸੀਗਾ ਅਤੇ ਜਾਂ ਚਲੋ ਵੀਡੀਓ ਕਾਲ ਕੋਈ ਕਰਨੀ ਹੋਵੇ ਕੁਛ ਕੈਮਰੇ ਵੱਲ ਇਗਨੋਰ ਕਰਿਓ ਕੈਮਰਾ ਬਸ ਟੈਂਪਰੇਰੀ ਮੰਗਾਇਆ ਮੈਨੂੰ ਕੈਮਰੇ ਦੀ ਲੋੜ ਨਹੀਂ ਪੈਂਦੀ ਮੈਂ ਲੈਪਟਾਪ ਤੋਂ ਕਰਦਾ ਬਟ ਇੱਕ ਆਹ ਦੇਖੋ ਇੰਨੀ ਕੁ ਦੂਰੀ ਆ ਮੇਰੇ ਹੱਥ ਨਾਲੋਂ ਜ਼ਿਆਦਾ ਦੂਰੀ ਹੈ ਤਾਂ ਵੀ ਆਵਾਜ਼ ਬਹੁਤ ਅੱਛੀ ਤਰ੍ਹਾਂ ਇਹਨੇ ਕੈਪਚਰ ਕੀਤੀ ਸੀ। ਇਹ ਜਿਹੜੀ ਰਿਕਾਰਡ ਕਰ ਰਿਹਾ ਮੈਂ ਆਵਾਜ਼ ਇਹ ਜਿਹੜੀ ਆਵਾਜ਼ ਹੈ ਆਈਫੋਨ ਤੋਂ ਹੋ ਰਹੀ ਹੈ ਮੈਨੂੰ ਵਿੱਚ ਨਹੀਂ ਪਾ ਰਿਹਾ ਮੈਨੂੰ ਇੰਨੀ ਆਉਂਦੀ ਨਹੀਂ ਐਡੀਟਿੰਗ ਬਟ ਅਗਰ ਸੀਰੀਅਸਲੀ ਤੁਹਾਨੂੰ ਕਮਾਂ ਇੱਕ ਆਮ ਬੰਦੇ ਦੇ ਤੌਰ 'ਤੇ ਸਲਾਹ ਮੰਨੋਗੇ ਤਾਂ 1000 ਰੁਪਏ 'ਚ ਲੈ ਲਓ। ਹਾਂ ਜੇ ਤੁਹਾਡਾ ਉਹ 3.5 mm ਜੈਕ ਵਾਲਾ ਸਪੋਰਟ ਕਰਦਾ ਤਾਂ ਸੁਣਿਆ ਬੋਇਆ ਇਜ਼ ਫਾਰ ਬੈਟਰ ਤਾਂ ਬੋਇਆ ਲੈ ਲਓ ਬਟ ਅਗਰ ਤੁਸੀਂ USB ਤੇ ਤੁਹਾਨੂੰ ਦੇਖਣ 'ਚ ਕੂਲ ਲੁੱਕ ਚਾਹੀਦੀ ਆ RGB ਪਸੰਦ ਹੈ ਇੱਦਾਂ ਰੱਖਣਾ ਚਾਹੁੰਦੇ ਹੋ ਤਾਂ ਆਈ ਗੈਸ 940 'ਚ ਇਹ ਤੋਂ ਬੈਟਰ ਤੁਹਾਨੂੰ ਕੋਈ ਚੀਜ਼ ਨਹੀਂ ਮਿਲੇਗੀ। ਸੋ ਬਹੁਤਾ ਸੋਚਣ ਦੀ ਲੋੜ ਨਹੀਂ ਹੈ ਕਰ ਦਿਓ ਆਰਡਰ। ਮੈਂ ਲਿੰਕ ਦੇ ਦੂੰਗਾ ਇਹਦਾ ਡਿਸਕ੍ਰਿਪਸ਼ਨ 'ਚ ਮੇਰੇ ਕਿਸੇ ਕੰਮ ਦਾ ਨਹੀਂ ਹੈਗਾ ਲਿੰਕ ਤੁਸੀਂ ਇੱਧਰੋਂ ਕਰਨਾ ਭਾਵੇਂ ਸਿੱਧਾ ਐਮਾਜ਼ੋਨ ਤੋਂ ਕਰੋ ਮੈਨੂੰ ਰੁਪਈਆ ਨਹੀਂ ਉਹਨਾਂ ਨੇ ਦੇਣਾ ਠੀਕ ਹੈ ਨਾ ਮੈਨੂੰ ਚਾਹੀਦੇ ਆ ਬਟ ਰਿਵਿਊ ਦੇ ਰਿਹਾ। ਮੈਂ ਬਹੁਤ ਤੰਗ ਹੋਇਆ ਮਾਈਕ ਪਿੱਛੇ ਮੈਨੂੰ 1 ਮਹੀਨਾ ਲੱਗ ਗਿਆ ਮਾਈਕ ਦੇਖਦੇ ਦੇਖਦੇ ਕਿਹੜਾ ਲਵਾਂ ਕਿਹੜਾ ਨਾ ਲਵਾਂ। ਸੋ ਮੇਰੀ ਸੁਜੈਸ਼ਨ ਇਹ ਆ 940 ਰੁਪਏ ਖਰਚਦੇ ਹੋ ਤਾਂ ਲੈ ਲਓ ਜੇ 3-4 ਹਜ਼ਾਰ ਦਾ ਬਜਟ ਆ ਫਿਰ ਕਿਸੇ ਹੋਰ ਵੱਲ ਚੱਲ ਜਾਓ ਜੇ ਤੁਹਾਡਾ ਬਜਟ ਕੋਈ 800-900 ਜਾਂ 1000 ਤੋਂ ਥੱਲੇ ਥੱਲੇ ਆ ਤਾਂ ਈਵਨ 1500 ਤੱਕ ਤੁਹਾਡਾ ਜੇ ਬਜਟ ਆ ਤਾਂ 940 ਰੁਪਏ 'ਚ ਮੇਰੇ ਹਿਸਾਬ ਨਾਲ ਇਸ ਤੋਂ ਬੈਟਰ ਚੀਜ਼ ਨਹੀਂ ਮਿਲੇਗੀ। ਸੋ ਜਸਟ ਗੋ ਫੋਰ ਇਟ ਬਹੁਤ ਵਧੀਆ ਚੀਜ਼ ਆ ਫੋਨ ਨਾਲ ਵੀ ਅਟੈਚ ਹੋ ਜਾਣਾ ਹੋਰ ਕੀ ਭਾਲ ਦਿਓ। ਚਲੋ ਸਤਿ ਸ਼੍ਰੀ ਅਕਾਲ। ਅੱਛਾ ਵੀਡੀਓ ਪਸੰਦ ਆਈ ਸਬਸਕ੍ਰਾਈਬ ਜ਼ਰੂਰ ਕਰ ਦਿਓ ਯਾਰ ਲੋੜ ਹੈਗੀ ਸਬਸਕ੍ਰਿਪਸ਼ਨਸ ਦੀ ਅਤੇ ਲਾਈਕ ਵੀ ਕਰ ਦਿਓ ਜੇ ਪਸੰਦ ਆਵੇ। ਥੈਂਕ ਯੂ।